ਦੇਖ ਰਹੇ ਹੋ ਅਦਾਰਾ ਤਹਿਲਕਾ ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.tehalkapunjab.tv। ਅਰੋੜਵਾਂਛ ਜਠੇਰੇ ਪਠਾਨਕੋਟ ਵਿੱਚ 26 ਜੁਲਾਈ 2015 ਨੂੰ ਮਨਾਏ ਜਾਣ ਵਾਲੇ ਸਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚੋਂ ਅਰੋੜਵਾਂਛ ਦੇ ਪਰਿਵਾਰਾਂ ਦੇ ਨਾਲ ਨਾਲ ਅਰੋੜਾ ਮਹਾਸਭਾ ਦੇ ਸੂਬਾ ਪ੍ਰਧਾਨ ਅਮਿਤ ਦੀਵਾਨ ਅਰੋੜਾ, ਬੇਟੀ ਬਚਾਓ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਰਾਜਕੁਮਾਰ ਅਰੋੜਾ, ਮਾਸਿਕ ਮੈਗਜ਼ੀਨ ਅਰੋੜਾ ਸੰਸਾਰ ਦੇ ਉਪ ਸੰਪਾਦਕ ਬ੍ਰਿਜ ਮੋਹਨ ਅਰੋੜਾ, ਡਾਕਟਰ ਕੇ ਡੀ ਸਿੰਘ ਅਰੋੜਾ ਮਹਾਸਭਾ ਜਲੰਧਰ ਦੇ ਪ੍ਰਧਾਨ ਰਿਸ਼ੀ ਅਰੋੜਾ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਬੰਧਕਾਂ ਨੇ ਜਠੇਰੇ ਅਰੋੜਵਾਂਛ ਦੇ ਅਸਥਾਨ ਸੰਬੰਧੀ ਆਉਣ ਵਾਲੀਆਂ ਮੁੱਖ ਮੁਸ਼ਕਲਾਂ ਬਾਰੇ ਸਭਨਾਂ ਨੂੰ ਜਾਣੂ ਕਰਵਾਇਆ। ਸ਼੍ਰੀ ਅਮਿਤ ਦੀਵਾਨ ਇਸ ਮੌਕੇ ਸਾਰਿਆਂ ਨੂੰ ਹੀ ਪੁਰਜ਼ੋਰ ਭਰੋਸਾ ਦਿਵਾਇਆ ਹੈ ਕਿ ਉਹ ਤੇ ਉਹਨਾਂ ਦੀ ਅਰੋੜਾ ਮਹਾਸਭਾ ਪੰਜਾਬ ਦੇ ਸਾਰੇ ਹੀ ਯੂਨਿਟ ਉਹਨਾਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਜਠੇਰੇ ਅਰੋੜਵਾਂਛ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਗੁਲਾਟੀ, ਪ੍ਰਧਾਨ ਰਮੇਸ਼ ਅਰੋੜਾ ਦੇ ਨਾਂ ਨਾਲ ਕੇਸ਼ਵ ਸਚਦੇਵਾ, ਪੁਰਸ਼ੋਤਮ ਅਰੋੜਾ, ਚਰਨਜੀਤ ਭਾਟੀਆ, ਸਮੀਰ ਭਾਟੀਆ, ਨਰਿੰਦਰ ਅਰੋੜਾ, ਮਹਿੰਦਰਪਾਲ ਅਰੋੜਾ, ਗੌਰਵ ਅਰੋੜਾ, ਸੌਰਵ ਅਰੋੜਾ, ਦੀਪਕ ਅਰੋੜਾ, ਵਿਨੇ ਅਰੋੜਾ, ਇੰਦਰ ਅਰੋੜਾ, ਸੰਜੂ ਅਰੋੜਾ ਅਤੇ ਸੇਵਾਦਾਰ ਰਾਜਕੁਮਾਰ ਅਤੇ ਪੱਪੂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦੇ ਹੋਏ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਦੇਵਾ ਰਮਾ ਮਹਾਜਨ ਨੇ ਜਠੇਰੇ ਅਰੋੜਵਾਂਛ ਵਿਖੇ ਆਉਣ ਵਾਲੀਆਂ ਸ਼ਰਧਾਲੂ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਇਸ ਅਸਥਾਨ 'ਤੇ ਤਕਰੀਬਨ ਹਰ ਐਤਵਾਰ ਹੀ ਸ਼ਰਧਾਲੂਆਂ ਦਾ ਮੇਲਾ ਲੱਗਾ ਰਹਿੰਦਾ ਹੈ ਅਤੇ ਜੇਠੇ ਐਤਵਾਰ ਸ਼ਰਧਾਲੂਆਂ ਦੀ ਆਮਦ ਕਰਕੇ ਪੰਡਾਲ ਵਿੱਚ ਪੈਰ ਰੱਖਣ ਤੱਕ ਦੀ ਜਗ੍ਹਾ ਨਹੀਂ ਹੁੰਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅਰੋੜਵਾਂਛ ਦੇ ਲੋਕਾਂ ਦੀ ਸਹੂਲਤ ਲਈ ਹਰ ਜੇਠੇ ਐਤਵਾਰ ਅੰਮ੍ਰਿਤਸਰ ਤੋਂ ਪਠਾਨਕੋਟ ਦੇ ਜਠੇਰੇ ਅਰੋੜਵਾਂਛ ਲਈ ਮੁਫ਼ਤ ਬੱਸ ਵੀ ਆਇਆ ਕਰੇਗੀ। ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੀ ਸੇਵਾ ਲਈ ਸਵੇਰੇ ਨਾਸ਼ਤਾ ਅਤੇ ਦੁਪਹਿਰ ਦੇ ਖਾਣੇ ਦਾ ਖਾਸ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ। ਤੁਹਾਨੂੰ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ? ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ। ਯੂਟਿਊਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਸਕਰੀਨ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਪਾ ਦੇਣ, ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਪਹੁੰਚਦੀਆਂ ਰਹਿਣਗੀਆਂ। ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਇਸੇ ਹੀ ਆਸ ਨਾਲ ਅਦਾਰਾ ਤਹਿਲਕਾ ਪੰਜਾਬ ਅਤੇ ਪਬਲਿਕ ਪੁਲਿਸ ਮੋਨੀਟਰ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ, ਬਾਬਾ ਮਾਰਕੀਟ, ਸੈਕਿੰਡ ਫਲੋਰ, ਓਪੋਜਿਟ ਬੱਸ ਸਟੈਂਡ, ਜਲੰਧਰ।